हाँ जी, सत श्री अकाल जी। मैं मनप्रीत सिंह, जे एस एग्रीकल्चर तो। हाँ जी, किसान भरावो, अज्ज दी नवीं वीडियो दे विच तुहाडा सारयां दा स्वागत करदे हां। तो किसान भरावो, अज्ज जिहड़ी आपां वीडियो लै के रहे, 11 कल्टीवेटर दी है, जो दो मॉडलों दे विच, एक फट्टी वाला मॉडल आ ते दूसरा बिना फट्टी दे विच, विचाले फ्रेम दे विच मुच्छां वाला पाइप लगा के बैंड वाला ते मॉडल आ। ते किसान भरावो, ਇਹ ਕਲਟੀਵੇਟਰ ਦੋਨੇ ਤਕਰੀਬਨ ਇੱਕੋ ਨਾਲ ਦੇ, ਬਸ ਇੱਕ ਦੋ ਚੀਜ਼ਾਂ ਦਾ ਇਹਦੇ ਵਿੱਚ ਆਪਾਂ ਨੇ ਫਰਕ ਲਾਇਆ, ਤੇ ਇਹ ਫੱਟੀ ਵਾਲਾ ਤੇ ਉਹ ਬਿਨਾਂ ਫੱਟੀ ਦੇ ਵਿਚਾਲੇ ਪਾਇਪ ਵਾਲਾ। ਤੇ ਇਹ ਕਲਟੀਵੇਟਰ ਦੀ ਜੇ ਟੈਨ ਦੀ ਆਪਾਂ ਗੱਲ ਕਰੀ ਜਾਵੇ, ਇਹ ਟੈਨ 2.5 ਇੰਚੀ ਟੈਨ ਆ, ਸੀ ਟੈਪ ਟੈਨ ਨੇ, ਦੋਨੇ ਟੈਨਾਂ ਨੇ ਸੀ ਟੈਪ ਨੇ। ਔਰ ਆਮ ਕਲਟੀਵੇਟਰ ਦੀ ਟੈਨ ਨਾਲ ਪੂਰੀ ਗੋਲ ਟੈਨ ਆ। ਇੱਕ ਆਮ ਕਲਟੀਵੇਟਰ ਦੇ ਕੀ ਹੁੰਦਾ ਕਿ ਸਿੱਧੀ ਟੈਨ ਹੁੰਦੀ ਆ, ਪੂਰੀ ਗੋਲ ਨਹੀਂ ਹੁੰਦੀ, ਆਪਣੀ ਪੂਰੀ ਗੋਲ ਹੈ ਤੇ ਪੂਰੀ ਸੀ ਟੈਪ ਟੈਨ ਬਣੀ ਹੋਈ, ਜੋ ਉਸਦੇ ਆਪਣੇ ਫਾਲਾ ਲਾਇਆ, ਸ਼ੋਲ ਹੈ, ਇਹ ਵੀ ਬਹੁਤ ਵਧੀਆ ਹੈਵੀ ਡਿਊਟੀ ਕੁਆਲਿਟੀ ਦਾ ਲਾਇਆ, ਜਿਸ ਦੀ ਘਸਾਈ ਬਹੁਤ ਹੀ ਘੱਟ ਹੈ। ਬਹੁਤ ਲੰਬਾ ਸਮਾਂ ਚੱਲ ਕੇ ਫਿਰ ਇਹ ਆਪਾਂ ਨੂੰ ਬਦਲਣ ਦੀ ਲੋੜ ਪੈਂਦੀ ਹੈ। ਤੇ ਕਿਸਾਨ ਭਰਾਵੋ, ਤੇ ਹੋਰ ਇਸ ਦੀ ਜੋ ਟੌਪ ਲਿੰਕ ਦੀ ਗੱਲ ਹੈ, ਸਿੰਪਲ ਟੌਪ ਲਿੰਕਾਂ ਲਾਈਆਂ ਨੇ। ਕਿਸੇ ਨੂੰ ਤੁਸੀਂ 14 ਨੰਬਰ 16 ਨੰਬਰ ਟਰੈਕਟਰ ਵਾਲੇ ਟਾਇਰਾਂ, 16 ਹਜ਼ਾਰ 14 ਨੰਬਰ ਟਾਇਰਾਂ ਵਾਲੇ ਟਰੈਕਟਰ ਕਿਸੇ 'ਚ ਵੀ ਤੁਸੀਂ ਯੂਜ ਕਰਦੇ ਹੋ ਤੇ ਕਰ ਸਕਦੇ ਹੋ। ਕੋਈ ਐਦਾਂ ਨਹੀਂ ਵੀ ਆਪਾਂ ਨੂੰ ਜੇ ਟਰੈਕਟਰ ਕੋਈ ਵੱਡੇ ਟਾਇਰਾਂ ਵਾਲਾ ਜਾਂ ਛੋਟੇ ਟਾਇਰਾਂ ਵਾਲਾ ਆਪਾਂ ਨੂੰ ਟੌਪ ਲਿੰਕ ਚੇਂਜ ਨਹੀਂ ਕਰਾਉਣੀ। ਤੁਸੀਂ ਜਿਹੜੇ ਮਰਜ਼ੀ ਟਰੈਕਟਰ ਤੇ ਆਪਣੇ ਕਲਟੀਵੇਟਰ ਨੂੰ ਚਲਾ ਸਕਦੇ ਹੋ। ਤੇ ਕਲਟੀਵੇਟਰਾਂ ਦੇ ਵਿੱਚ ਜੇ ਕਲਰ ਦੀ ਗੱਲ ਕੀਤੀ ਜਾਵੇ ਤਾਂ ਕਲਰ ਤੁਸੀਂ ਜਿਹੜਾ ਮਰਜ਼ੀ ਆਪਣੀ ਚੁਆਇਸ ਦਾ ਕਰਵਾ ਸਕਦੇ ਹੋ। ਤੇ ਇਹ ਆਪਣੇ ਦੋ ਮੇਨ ਮੇਜਰ ਕਲਰ ਨੇ ਤੇ ਕਿਸਾਨ ਭਰਾਵੋ। ਤੇ ਇਸਦੇ ਜੋ ਨੱਕੇ ਦੀ ਗੱਲ ਕਰੀ ਜਾਵੇ, ਇਹ ਵੀ ਪਲਾਜ਼ਮਾ ਕਟਿੰਗ ਪਲੇਟਾਂ ਨੇ, ਵੈਲਡ ਕੀਤੇ ਹੋਏ ਨੇ ਤੇ ਆਪਣੀ। ਔਰ ਇਸਦਾ ਜੋ ਫਰੇਮ ਹੈ, ਇਹ 72-72 ਦੇ ਸੀ ਕਲਾਸ IS ਮਾਰਕਾ ਪਾਈਪ ਦਾ ਫਰੇਮ ਜੋੜਿਆ ਗਿਆ ਹੈ ਤੇ ਤਕਰੀਬਨ ਇਸਦੇ ਵਿੱਚ ਜੋ ਨਟ ਬੋਲਟ ਨੇ ਵੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਨੇ। ਇੱਕ ਕਿਸਾਨ ਭਰਾ, ਤੁਹਾਨੂੰ ਇੱਕ ਹੋਰ ਗੱਲ ਦੱਸੀ ਜਾਵੇ, ਜੋ ਆਪਣੀ ਆਮ ਕਲਟੀਵੇਟਰ ਦੇ ਵਿੱਚ ਕੀ ਹੁੰਦਾ ਹੈ ਕਿ ਆਪਣੀ ਬਾਟਾ ਟੈਨ ਬਹੁਤ ਛੇਤੀ ਫਸ ਕੇ ਟੁੱਟ ਜਾਂਦੀ ਹੈ, ਕਿਸੇ ਪੜਾਉਣ ਨਾਲ ਕੋਈ ਕੰਧ ਨਾਲ ਲੱਗ ਕੇ ਬਹੁਤ ਟੁੱਟਣ ਦੀ ਆਪਣੇ ਆਮ ਕਿਸਾਨਾਂ ਦੇ ਵਿੱਚ ਸਮੱਸਿਆ। ਆਪਾਂ ਨੇ ਉਹ ਹਰ ਸਮੱਸਿਆ ਦਾ ਹੱਲ ਕਰ ਦਿੱਤਾ। ਉਹਦੇ ਵਿੱਚ ਕੀ, ਆਪਾਂ ਜੇ ਕਲਟੀਵੇਟਰ ਦੀ ਜੋ ਟੈਨ ਹੈ ਜੋ ਫਸ ਗਈ ਤਾਂ ਨਟ ਤੋਂ ਕਿ ਆਟੋਮੈਟਿਕਲੀ ਘੁੰਮ ਜਾਂਦੀ ਆ, ਦੇਖੋ ਤੁਸੀਂ ਦੇਖ ਰਹੇ ਹੋ, ਇਹ ਆਉਂਦੇ ਆਉਂਦੇ ਪਿੱਛੇ ਹਟ ਜਾਂਦੀ ਹੈ, ਸਿੱਧੇ ਅੱਗੇ ਆ ਦਿਖਾਈ ਮੜਾ ਅਸਮ ਕਰਕੇ ਦਿਖਾਉਣੇ ਆ ਇਹ ਕਿਸ ਤਰ੍ਹਾਂ ਟੁੱਟਦੀ ਆ। ਇਹ ਕਿਸਾਨ ਭਰਾ ਇੱਕ ਇਸ ਤਰ੍ਹਾਂ ਆਮ ਕਲਟੀਵੇਟਰ ਦੀ ਤਰ੍ਹਾਂ ਤੇ ਆਇਓ, ਪੂਰੇ ਨਟ ਲੱਗਿਆ ਹੁੰਦਾ ਹੈ ਇਹ ਵਾਲਾ, ਤੇ ਇਹ ਨਟ ਟੁੱਟ ਜਾਏਗਾ। ਹੁਣ ਤਾਂ ਆਪਣੇ ਚਲੋ ਖੋਲਦੇ ਆ, ਜਦੋਂ ਜ਼ਮੀਨ ਦੇ ਵਿੱਚ ਚੱਲੂਗੀ ਤਾਂ ਨਟ ਟੁੱਟ ਜੂਗਾ, ਤਾਂ ਇਹ ਨਟ ਟੁੱਟ ਕੇ ਇਸ ਤਰ੍ਹਾਂ ਐ ਪਿੱਛੇ ਆਪਦੇ ਆਪ ਹਟ ਜੂਗੀ, ਕੋਈ ਵਾਧੂ ਦਾ ਨੁਕਸਾਨ ਨਹੀਂ ਕਰਨ ਦੂਗੀ ਇਹ ਟੈਨ। ਤੇ ਆਪਣਾ ਇੱਕ 5 ਰੁਪਏ ਦਾ ਜੋ ਨਟ ਹੈ ਜਿਹਨੂੰ ਆਪਾਂ ਤੋੜ ਕੇ ਦੁਬਾਰਾ ਪਾ ਸਕਦੇ ਹਾਂ। ਇਹ ਕਲਟੀਵੇਟਰ ਦੀ ਨਵਾਂ ਸਿਸਟਮ ਤੁਹਾਨੂੰ ਕਿਵੇਂ ਲੱਗਿਆ, ਸਾਰੇ ਕਿਸਾਨ ਭਰਾਵਾਂ ਨੇ ਆਪਣਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਜੀ। ਤੇ ਆਪਣਾ ਔਨ ਆਰਡਰ ਤੇ ਤੁਸੀਂ ਬੁੱਕ ਕਰਵਾ ਸਕਦੇ, ਇਹ 13 ਦੇ ਘੰਟੇ ਬਾਕੀ ਬਣੇ ਪਏ ਨੇ ਜੀ। ਧੰਨਵਾਦ ਜੀ।